ਬੂਟੇ ਦਿਨ ਡੇਰਾ ਬਾਬਾ ਨਾਨਕ ਦੇ ਪਿੰਡ ਸਰਫਕੋਟ ਤੋਂ ਇੱਕ 45 ਸਾਲਾ ਔਰਤ ਦੇ ਗੁੰਮਸ਼ੁਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਦੀ ਭਾਲ ਲਈ ਮੀਡੀਆ ਦਾ ਵੀ ਸਹਾਰਾ ਲਿਆ ਗਿਆ ਸੀ। ਉੱਥੇ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਜਿਸ ਪਰਿਵਾਰ ਵੱਲੋਂ ਔਰਤ ਦੀ ਗੁੰਮਸ਼ੁਦਗੀ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ, ਹੁਣ ਉਸੇ ਘਰ ਦੇ ਗੋਬਰ ਗੈਸ ਪਲਾਂਟ ਦੀ ਹੋਦੀ ਵਿੱਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਤੋਂ ਇਹ ਜ਼ਾਹਰ ਹੋ ਰਿਹਾ ਹੈ ਕਿ ਲਾਸ਼ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮ੍ਰਿਤਕ ਔਰਤ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਪਿਆ ਤਾਂ ਉਹਨਾਂ ਗੋਬਰ ਗੈਸ ਦੀ ਹੋਦੀ ਖੋਲ੍ਹ ਕੇ ਦੇਖੀ ਤਾਂ ਮ੍ਰਿਤਕਾ ਸੁਰਿੰਦਰ ਕੌਰ ਦੀ ਲਾਸ਼ ਬਰਾਮਦ ਹੋਈ। ਇਸ ਦੇ ਨਾਲ ਹੀ ਉਸਨੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੈਂ ਜਿੰਦਰਜੀਤ ਸਿੰਘ, ਮੇਰੀ ਭੈਣ ਜਤਿੰਦਰ ਕੌਰ ਜਿਹਦਾ ਕਤਲ ਕੀਤਾ ਗਿਆ ਸਰਫਕੋਟ 'ਚ, ਉਹਦੀ ਆਪਣਾ ਨਨਾਣ ਬਲਜੀਤ ਕੌਰ ਅਤੇ ਸਾਡੇ ਭਣਵਾਈਏ ਜਸਵਿੰਦਰ ਸਿੰਘ ਅਤੇ ਹਰਪਾਲ ਸਿੰਘ ਨੇ ਰਲ ਕੇ ਕੀਤਾ ਜੀ। ਉਹਨਾਂ ਨੇ ਜੀ ਪਹਿਲਾਂ ਸਾਨੂੰ ਇੱਕ ਦਿਨ ਪਹਿਲਾਂ ਦੱਸਿਆ ਸੀ ਕਿ ਤੁਹਾਡੀ ਭੈਣ ਲਾਪਤਾ ਹੈ। ਡੈੱਡ ਬਾਡੀ ਉਹਨਾਂ ਦੀ ਜਿਹੜਾ ਗਟਰ ਹੁੰਦਾ ਹੈ ਆਪਣਾ ਗੋਬਰ ਗੈਸ ਵਾਲਾ, ਉਹਦੇ ਵਿੱਚੋਂ ਉਹਨਾਂ ਨੇ ਪ੍ਰਸ਼ਾਸਨ ਨੂੰ ਮੰਗ ਕਰਨਾ ਜੀ, ਸਾਨੂੰ ਨਿਆਂ ਮਿਲਣਾ ਚਾਹੀਦਾ, ਇਹਦੇ ਮੁਤਾਬਕ ਕਾਰਵਾਈ ਸਖ਼ਤ ਤੋਂ ਸਖ਼ਤ ਹੋਣੀ ਚਾਹੀਦੀ, ਕਿਉਂਕਿ ਗਾਂ ਅੱਗੇ ਤੋਂ ਧੀਆਂ ਭੈਣਾਂ ਦੇ ਇਸ ਤਰ੍ਹਾਂ ਦਾ ਕੰਮ ਨਾ ਹੋਏ। ਇਹ ਅੱਜ ਸਾਨੂੰ ਇਤਲਾਹ ਮਿਲੀ ਆ ਕਿ ਜਤਿੰਦਰ ਕੌਰ ਜਿਹੜੀ ਆ ਉਹ ਜਿਹੜਾ ਗੋਬਰ ਗੈਸ ਆ ਉਹਦੇ ਜਿਹੜਾ ਹੋਜੀ ਆ ਉਹਦੇ ਵਿੱਚ ਉਹਦੀ ਲਾਸ਼ ਜਿਹੜੀ ਆ ਡੈੱਡ ਬੋਡੀ ਪਈ ਆ, ਜੋ ਅਸੀਂ ਉੱਥੇ ਮੌਕੇ 'ਤੇ ਜਾ ਕੇ ਉਹਦੀ ਜਿਹੜੇ ਆਪਣੇ ਬ੍ਰਦਰ ਨੇ ਉਹਨਾਂ ਦੇ ਬਿਆਨ 'ਤੇ ਜਿਹੜਾ ਅਸੀਂ ਪਰਚਾ ਜਿਹੜਾ ਉਹ ਮੁਕੱਦਮਾ ਦਰਜ ਕਰਤੇ ਆ। ਨਹੀਂ, ਉਹ ਸਾਡੇ ਤੋਂ ਪਹਿਲਾਂ ਕੱਢ ਲਿਆ। ਉਹ ਧਾਰਾ 302-34 IPC ਤਹਿਤ ਜਿਹੜਾ ਮੁਕੱਦਮਾ ਦਰਜ ਕਰਤਾ ਜੀ, 3 ਜਣਿਆਂ ਦੇ। ਇੱਕ ਨਾ ਪਤੀ ਉਹਦਾ ਜਸਵਿੰਦਰ ਸਿੰਘ, ਇੱਕ ਉਹਦਾ ਭਰਾ ਹਰਪਾਲ ਸਿੰਘ ਅਤੇ ਤੀਜੀ ਉਹਦੀ ਭੈਣ ਆ ਬਲਜੀਤ ਕੌਰ। ਲਾਸ਼ ਨੂੰ ਪੋਸਟਮਾਰਟਮ ਵਾਸਤੇ ਡੈੱਡ ਹਾਊਸ 'ਚ ਭੇਜਿਆ ਗਿਆ ਬਟਾਲੇ, ਅਤੇ ਬਾਅਦ ਵਿੱਚ ਉਹਦਾ ਜਿਹੜਾ ਸਵੇਰੇ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕੀਤੀ। ਗੁਰਦਾਸਪੁਰ ਤੋਂ ਰੋਹਿਤ ਮਹਾਜਨ ਦੀ ਰਿਪੋਰਟ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।